ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਗਜੀਤ ਸਿੰਘ ਬਬੀਹਾ। ਸੋ ਅੱਜ ਅਸੀਂ ਦੇਖਾਂਗੇ ਕਿ ਐਪਲੀਕੇਸ਼ਨ ਕਿਹੜੀਆਂ ਸਾਡੇ ਵਾਸਤੇ ਵਧੀਆ ਨੇ, ਅਤੇ ਪੇਡ ਐਪਲੀਕੇਸ਼ਨ ਮੈਂ ਤੁਹਾਨੂੰ ਦੱਸਾਂਗਾ ਅਤੇ ਫ੍ਰੀ ਐਪਲੀਕੇਸ਼ਨ ਦੱਸਾਂਗਾ। ਸੋ ਅਸੀਂ ਸਭ ਤੋਂ ਪਹਿਲਾਂ ਆਈ ਤਬਲਾ ਪ੍ਰੋ ਦੇਖਦੇ ਹਾਂ, ਜਿਹੜੀ ਐਪਲੀਕੇਸ਼ਨ ਹੈਗੀ ਹੈ ਤੁਸੀਂ ਦੇਖ ਰਹੇ ਹੋ, ਇਹ ਤੁਹਾਨੂੰ ਸਿੱਧਾ ਐਪ ਸਟੋਰ 'ਤੇ ਮਿਲ ਜਾਣੀ ਹੈ। ਮੈਂ ਆਈ ਤਬਲਾ ਪ੍ਰੋ ਲਿਖਿਆ ਸੀਗਾ, ਇੱਥੇ ਆ ਗਈ, ਓਪਨ ਹੈ। ਇਹ ਹੈਗੀ ਹੈ 1900 ਦੀ ਐਪਲੀਕੇਸ਼ਨ, ਤੁਸੀਂ ਇਹਨੂੰ ਡਾਊਨਲੋਡ ਕਰ ਸਕਦੇ ਹੋ, ਮਤਲਬ ਪੇ ਕਰਕੇ। ਸੋ ਅਸੀਂ ਗੱਲ ਕਰੀਏ ਹੁਣ, ਇਹ ਇੰਟਰਫੇਸ ਐਪਲੀਕੇਸ਼ਨ ਦਾ ਆ ਜਾਂਦਾ ਹੈ। ਇਹ ਹੈਗਾ ਸੁਰ, ਸੁਰ ਅੱਗੇ ਪਿੱਛੇ ਕਰ ਸਕਦੇ ਹੋ, ਜਿਵੇਂ ਉੱਤੇ ਥੱਲੇ ਹੋ ਜਾਏਗਾ। ਸੀ ਸ਼ਾਪ 'ਤੇ ਰਹਿੰਦਾ ਹੈ ਜਦ ਵੀ ਅਸੀਂ ਡਾਊਨਲੋਡ ਕਰਦੇ ਹਾਂ, ਅਤੇ ਇਹ ਸੁਰ ਨੂੰ ਤੁਸੀਂ ਉੱਤੇ ਥੱਲੇ ਕਰ ਸਕਦੇ ਹੋ, ਟਿਊਨਿੰਗ ਕਰ ਸਕਦੇ ਹੋ। ਮਤਲਬ ਇਹ ਟਿਊਨ ਮੈਂ ਤੁਹਾਨੂੰ ਜਦ ਅੱਗੇ ਔਨ ਕਰਾਂਗਾ ਤਾਂ ਮੈਂ ਤੁਹਾਨੂੰ ਦੱਸ ਦਾਂਗਾ ਕਿ ਇਹ ਕਿਸ ਤਰੀਕੇ ਨਾਲ ਉਹਨੂੰ ਯੂਜ਼ ਕਰਦੇ ਹਾਂ। ਸੋ ਇੱਥੇ ਆ ਜਾਂਦਾ ਕਿ ਮਾਸਟਰ, ਇਹ ਸਭ ਚੀਜ਼ਾਂ ਕੀ ਹੈਗੀਆਂ ਨੇ। ਮਾਸਟਰ ਹੈਗੇ ਜਦ ਤੁਸੀਂ ਪਲੇ ਕਰੋਗੇ ਤਾਂ ਇਹ ਸਾਰੀ ਚੀਜ਼ਾਂ ਪਲੇ ਹੋ ਜਾਣਗੀਆਂ, ਠੀਕ ਹੈ ਜੀ। ਅਤੇ ਇਹ ਸੀ ਸ਼ਾਰਪ 'ਤੇ ਹੈਗਾ ਆਲਰੇਡੀ, ਇਹ ਟਿਊਨ ਹੋ ਰਿਹਾ ਅੱਗੇ ਪਿੱਛੇ। ਸੋ ਅਸੀਂ ਇਹਨੂੰ ਜ਼ਿਆਦਾ ਛੇੜਨਾ ਨਹੀਂ, ਮਤਲਬ ਜਿਸ 'ਤੇ ਹੈਗਾ ਹੈ ਉਸ 'ਤੇ ਰਹਿਣ ਦੇਣਾ। ਜਿਵੇਂ ਗ੍ਰੀਨ 'ਤੇ ਹੈਗਾ, ਕਲਰ ਇਹਦਾ ਗ੍ਰੀਨ ਹੈ, ਕਲਰ ਚੇਂਜ ਹੋ ਜਾਂਦਾ। ਸੋ ਮਾਸਟਰ ਨੂੰ ਔਫ ਕਰ ਦੇਣਾ, ਮਾਸਟਰ ਨਾਲ ਪਲੇ ਹੋਏਗਾ ਅਤੇ ਔਫ ਹੋਏਗਾ। ਤਾਨਪੁਰਾ 1, ਤਾਨਪੁਰਾ 2, ਇਹ ਕੀ ਹੈਗੇ ਦੋਨੋਂ? ਇਹ ਦੋਨੋਂ ਤਾਨਪੁਰਾ ਹੀ ਨੇ, ਮਤਲਬ ਪਾ ਅਤੇ ਸਾ ਵੱਜਦਾ। ਸੋ ਮੈਂ ਇਹਨੂੰ ਲੈਵਲ ਇੱਕੋ ਹੀ ਕੀਤਾ ਹੋਇਆ। ਸੋ ਅਸੀਂ ਇੱਕੋ ਹੀ ਲੈਵਲ 'ਤੇ ਇਹਨੂੰ ਰੱਖਣਾ। ਸੁਰ ਪੇਟੀ ਹੈ ਕਿ ਸੁਰ ਪੇਟੀ ਦਾ ਸਾਹ ਤੁਹਾਨੂੰ ਸੁਣਾਈ ਦੇਵੇਗਾ, ਜਿਵੇਂ ਮੈਂ ਤੁਹਾਨੂੰ ਸਟਾਰਟ ਕਰਨਾ ਤਿਆ, ਦੇਖੋ। ਸੋ ਇਹ ਤੁਹਾਨੂੰ ਸੁਰ ਦੇਵੇਗਾ। ਤਬਲਾ ਹੁੰਦਾ ਕਿ ਜਿਵੇਂ ਤਬਲਾ ਹੁਣ ਆਟੋ 'ਤੇ ਹੈ ਕਿ ਇਹਨੂੰ 16 ਮਾਤਰਾ ਆਪਣਾ ਮੱਧ ਲੈ ਅਤੇ 3 ਤਾਲ ਇਹਦੇ ਵਿੱਚ ਆਲਰੇਡੀ ਲਾਈਕ ਹੁੰਦੀ ਹੈ ਕਿ ਜਦ ਵੀ ਅਸੀਂ ਮਾਸਟਰ ਸਟਾਰਟ ਕਰਦੇ ਹਾਂ ਤਾਂ 3 ਤਾਲ ਸਭ ਤੋਂ ਪਹਿਲਾਂ ਵੱਜਦੀ ਹੈ। ਅਸੀਂ ਤਾਲ ਚੇਂਜ ਵੀ ਕਰ ਸਕਦੇ ਹਾਂ, ਮੈਂ ਤੁਹਾਨੂੰ ਪ੍ਰੀਸੈਟਸ ਦੱਸਾਂਗਾ ਕੀ ਹੈਗੇ ਨੇ। ਮੰਜੀਰਾ ਜਿਵੇਂ ਟੱਲੀ ਹੁੰਦੀ ਹੈ ਅਤੇ ਉਸ ਤਰੀਕੇ ਨਾਲ ਤੁਹਾਨੂੰ ਨਾਲ ਦੇ ਨਾਲ ਦੇਵੇਗੀ ਇਸ ਤਰੀਕੇ ਨਾਲ। ਸੋ ਇਹਨੂੰ ਤੁਸੀਂ ਇੱਥੋਂ ਔਫ ਕਰ ਸਕਦੇ ਹੋ, ਇੱਥੋਂ ਔਫ ਕਰ ਸਕਦੇ ਹੋ, ਇੱਥੋਂ ਔਫ ਕਰ ਸਕਦੇ ਹੋ। ਐਸੇ ਤਾਂ ਤਾਨਪੁਰਾ ਹੀ ਵੱਜ ਰਹੇ ਨੇ, ਹੋਰ ਕੁਛ ਨਹੀਂ ਵੱਜ ਰਿਹਾ। ਸੋ ਇੱਥੋਂ ਫਿਰ ਔਨ ਕਰ ਸਕਦੇ ਹੋ। ਸੋ ਇਸ ਤਰੀਕੇ ਨਾਲ ਅਸੀਂ ਯੂਜ਼ ਕਰਨੀ ਹੈ। ਸਾਰੇ ਔਫ ਕਰਨੇ ਨੇ ਤਾਂ ਮਾਸਟਰ ਨੂੰ ਕਲਿੱਕ ਕਰਕੇ ਔਫ ਹੋ ਜਾਣਾ। ਹੁਣ ਅਸੀਂ ਕਹਿੰਦੇ ਹਾਂ ਸਵਰ ਮੰਡਲ। ਸਵਰ ਮੰਡਲ ਤੁਹਾਨੂੰ ਸਵਰ ਦਿੰਦਾ ਨਾਲ ਦੇ ਨਾਲ, ਮਤਲਬ ਜਿਵੇਂ ਅਸੀਂ ਕੋਈ ਵੀ ਰਾਗ ਗਾ ਰਹੇ ਹੁੰਦੇ ਹਾਂ। ਮੈਂ ਤੁਹਾਨੂੰ ਅੱਗੇ ਦੱਸ ਦਾਂਗੇ ਕਿਸ ਤਰੀਕੇ ਨਾਲ ਇਹਨੂੰ ਯੂਜ਼ ਕਰਦੇ ਹਾਂ। ਕੰਟਰੋਲ ਸਿੱਧਾ ਹੋ ਗਿਆ ਕਿ 3 ਤਾਲ ਇਹਦੇ ਵਿੱਚ ਹੈ ਅਤੇ ਅਸੀਂ ਸਵਰ ਤਾਲ ਚੇਂਜ ਕਰ ਸਕਦੇ ਹਾਂ ਕਿਹੜੀ ਲੈਣੀ ਹੈ। ਅਤੇ ਸਟਾਈਲ ਇਹਦੇ ਵਿੱਚ ਨੋਰਮਲ ਜਿਵੇਂ ਲਿਖਿਆ ਪ੍ਰੋ ਡਿਫੋਲਟ, ਅਤੇ ਡਿਫੋਲਟ ਹੀ ਰਹਿਣ ਦੇਣਾ। ਇਹ ਮਾਸਟਰ ਇੱਥੋਂ ਵੀ, ਤਬਲਾ ਇੱਥੋਂ ਵੀ ਔਨ ਹੋ ਜਾਂਦਾ। ਇਹ ਹੈਗਾ ਕਿ ਟੈਂਪੋ ਅਸੀਂ ਤਬਲੇ ਦਾ ਵਧਾ ਸਕਦੇ ਹਾਂ, ਜਿਵੇਂ ਪਲੱਸ ਕਰੋਗੇ ਤਾਂ ਅੱਗੇ ਟੈਂਪੋ ਚੱਲ ਜਾਏਗਾ, ਜਿਵੇਂ ਇੱਥੇ ਤੁਸੀਂ ਸ਼ੋ ਦੇਖੋ ਅੱਗੇ ਵੱਧ ਰਿਹਾ। ਸੋ ਇਹ BPM ਟੈਂਪੋ ਜਿਹੜਾ ਹੈ ਉਹ ਅੱਗੇ ਆਪਣਾ ਵੱਧ ਜਾਵੇਗਾ। ਇਹ ਤਾਨਪੁਰਾ ਹੈਗਾ, ਜਦ ਤੁਸੀਂ ਪਲੇ ਕਰੋਗੇ ਤਾਂ ਇੱਥੇ ਦੇਖੋ ਆ ਗਿਆ ਪਾ ਅਤੇ ਨੀ 'ਤੇ ਹੈਗਾ। ਅਤੇ ਜਿਵੇਂ ਨੋਰਮਲ ਜਦ ਐਪਲੀਕੇਸ਼ਨ ਅਸੀਂ ਖੋਲਦੇ ਹਾਂ ਤਾਂ ਇੱਥੇ ਹੀ ਰਹਿੰਦਾ। ਸੋ ਇਹ ਚੀਜ਼ਾਂ ਸਾਨੂੰ ਪਤਾ ਲੱਗ ਗਈਆਂ। ਹੁਣ ਅਸੀਂ ਆਉਂਦੇ ਹਾਂ ਪ੍ਰੀਸੈਟ ਦੇ ਵਿੱਚ। ਇਹਦੇ ਵਿੱਚ ਰਾਗ ਦੇ ਬਾਰੇ ਦੱਸਿਆ ਕਿ ਰਾਗ ਕਿਹੜੇ ਕਿਹੜੇ ਤਰੀਕੇ ਦੇ ਨੇ, ਮਤਲਬ ਇਹਦੇ ਵਿੱਚ ਦੱਸਿਆ ਕਿ ਕਿਹੜੇ ਕਿਹੜੇ ਰਾਗ ਤੁਸੀਂ ਗਾਣੇ ਨੇ। ਅਤੇ ਫੇਵਰੇਟਸ ਵਿੱਚ ਤੁਸੀਂ ਕਰ ਸਕਦੇ ਹੋ, ਸਟਾਰ ਨੂੰ ਕਲਿੱਕ ਕਰਕੇ ਤੁਹਾਡੇ ਫੇਵਰੇਟ ਵਿੱਚ ਆ ਜਾਣਗੇ ਕਿ ਜਿਹੜੇ ਤੁਸੀਂ ਰੋਜ਼ ਰਾਗ ਗਾਉਂਦੇ ਹੋ ਉਹ ਇਹਦੇ ਵਿੱਚ ਤੁਸੀਂ ਗਾ ਸਕਦੇ ਹੋ। ਅਤੇ ਇਹਦੇ ਨਾਲ ਜਿਵੇਂ ਹੁੰਦਾ ਕਿ ਸਵਰ ਮੰਡਲ ਜਿਹੜਾ ਹੈਗਾ ਉਹ, ਜਿਵੇਂ ਤੁਸੀਂ ਮੰਨ ਲਓ ਕਿ ਭੈਰਵ ਚਲਾਇਆ ਅਤੇ ਸਵਰ ਮੰਡਲ ਜਦ ਤੁਸੀਂ ਔਨ ਕੀਤਾ, ਇਹ ਦੇਖੋ ਇਹ ਤੁਹਾਨੂੰ ਸਵਰ ਦੇ ਦੇਗਾ ਨਾਲ ਦੇ ਨਾਲ ਕਿ ਕਿਹੜੇ ਸਵਰ ਨੇ ਇਸ ਰਾਗ ਦੇ, ਕਿਹੜੇ ਲੱਗ ਰਹੇ ਨੇ ਸਵਰ, ਅਤੇ ਵੋਲਿਊਮ ਅਪ ਡਾਊਨ, ਇਹ ਸਾਰਾ ਵੋਲਿਊਮ ਅਪ ਡਾਊਨ ਹੈਗਾ, ਕਿੰਨਾ ਵੋਲਿਊਮ ਰੱਖਣਾ ਕਿੰਨਾ ਨਹੀਂ ਰੱਖਣਾ। ਤੋ ਸਵਰ ਮੰਡਲ ਤੁਹਾਨੂੰ ਪਤਾ ਲੱਗ ਗਿਆ। ਅਤੇ ਇਹ ਸਵਰ ਮੰਡਲ ਦੇ ਵਿੱਚ ਵੀ, ਮਤਲਬ ਸਵਰ ਮੰਡਲ ਵੀ ਲਿਖਿਆ ਹੋਇਆ, ਸਵਰ ਮੰਡਲ ਦਾ ਵੀ ਤੁਸੀਂ, ਮੈਂ ਤੁਹਾਨੂੰ ਦੱਸ ਦੇਣਾ। ਇਹ ਕੁਛ ਨਹੀਂ, ਇਹਨੂੰ ਜ਼ਿਆਦਾ ਇਹਨੂੰ ਛੇੜਨਾ ਨਹੀਂ। ਲੂਪ ਆਫਟਰ, ਇਹ ਜਿਵੇਂ 1 ਮਿੰਟ ਤੋਂ ਬਾਅਦ ਮੇਰਾ ਚੱਲਦਾ, ਅਸੀਂ 30 ਸੈਕਿੰਡ, 10 ਸੈਕਿੰਡ ਬਾਅਦ ਤੋਂ ਵੀ ਚਲਾ ਸਕਦੇ ਹਾਂ, ਮਤਲਬ ਜਿਵੇਂ 10 ਸੈਕਿੰਡ ਤੋਂ ਬਾਅਦ ਫਿਰ ਸਵਰ ਮੰਡਲ ਬਚੇਗਾ। ਅਤੇ ਇੱਥੇ ਅੱਗੇ ਕੁਛ ਜ਼ਿਆਦਾ ਹੈ ਨਹੀਂ, ਤੁਸੀਂ ਪਲੇ ਇੱਥੋਂ ਕਰੋਗੇ ਅਤੇ ਜਦ ਤੁਸੀਂ ਪਲੇ ਕਰਨਾ ਹੋਏਗਾ ਤਦ ਹੀ ਵੱਜੇਗਾ, ਉਸ ਤੋਂ ਪਹਿਲਾਂ ਨਹੀਂ ਵੱਜੇਗਾ। ਐਪ ਸਟੋਰ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ, ਬਟ ਫਸਟ ਯੂ ਹੈਵ ਟੂ ਪੇ 1900 ਸਮਥਿੰਗ ਦੀ ਐਪਲੀਕੇਸ਼ਨ ਹੈਗੀ ਹੈ, ਜਿਹੜੀ ਬੈਸਟ ਐਪਲੀਕੇਸ਼ਨ ਹੈਗੀ। ਜਿਨ੍ਹਾਂ ਦਾ ਬਜਟ ਨਹੀਂ ਹੈਗਾ ਉਹਨਾਂ ਦੇ ਵਾਸਤੇ ਮੈਂ ਤੁਹਾਨੂੰ ਫ੍ਰੀ ਐਪਲੀਕੇਸ਼ਨ ਦੱਸ ਦਿੰਦਾ ਕਿ ਫ੍ਰੀ ਅਸੀਂ ਕਿਹੜੀ ਯੂਜ਼ ਕਰ ਸਕਦੇ ਹਾਂ। ਫ੍ਰੀ ਦੇ ਵਿੱਚ ਮੈਂ ਕੀਤੀ ਹੈ ਧਵਨੀ ਤਾਨਪੁਰਾ, ਐਪ ਸਟੋਰ 'ਤੇ ਹੈਗੀ ਹੈ, ਮੈਨੂੰ ਆਈਡੀਆ ਨਹੀਂ ਕਿ ਪਲੇ ਸਟੋਰ ਦੇ ਵਿੱਚ ਹੈਗੀ ਹੈ ਕਿ ਨਹੀਂ। ਐਂਡਰੋਇਡ ਵਿੱਚ ਸਿੰਪਲ ਐਪਲੀਕੇਸ਼ਨ ਹੈ, ਕੁਝ ਵੀ ਨਹੀਂ ਹੈ। ਇੱਥੋਂ ਸਵਰ ਤੁਸੀਂ ਚੇਂਜ ਕਰਨੇ ਨੇ, ਇਹਨੂੰ ਥੋੜ੍ਹਾ ਥੱਲੇ ਕਰ ਲੈਣਾ, ਇਹਦਾ ਦਿਖੇਗਾ ਨਹੀਂ, ਜਿਵੇਂ ਡੀ 'ਤੇ ਹੈ, ਸੀ ਸ਼ਾਪ 'ਤੇ ਹੋ ਗਿਆ। ਸਿੰਪਲ ਕੁਛ ਵੀ ਨਹੀਂ ਹੈ, ਇੱਥੋਂ ਸਟਾਰਟ ਕਰ ਦੇਣਾ। ਇਹ ਉਹੀ ਫਾਈਨ ਪਿੱਚ ਹੈ, ਕੁਛ ਨਹੀਂ ਚਿੜਨਾ, ਸਾਹ 'ਤੇ ਸਿੱਧਾ ਰਹੇਗਾ ਤੁਹਾਡੇ। ਸਿੰਪਲ ਬੇਸਿਕ ਬਿਗਨਰਸ ਵਾਸਤੇ ਐਪਲੀਕੇਸ਼ਨ ਹੈਗੀ ਹੈ,
बाकी सेटिंग्स दे विच कुछ नहीं है इदां दा, मतलब तुहानू छेड़ना ज़्यादा इंपॉर्टेंट नहीं है। दसना सीधा एप्लीकेशन प्ले करो, स्टार्ट हो जानी है, तो वॉल्यूम अप डाउन कर सकते हो, बाकी कुछ इदां दा नहीं है। तुहानू तानपुरा दस्या हुआ कि पा ते बज रहा है, तुसीं इहनू चेंज कर सकते हो बस इत्थों। सो यह सानू पता लग गया कि असीं प्ले स्टोर तों केड़ी केड़ी एप्लीकेशन डाउनलोड कर सकते हैं। सो हुण असीं क्विकली एंड्रॉयड ते आ जाने कि एंड्रॉयड दे विच केड़ी एप्लीकेशन पेड वधिया है ते केड़ी फ्री दे विच असीं लै सकते हैं। सो हुण असीं आ जाने कि एंड्रॉयड विच असीं केड़ी एप्लीकेशन यूज़ करिए। सो मैं तुहानू पहलां दस रहा आईशाला, इहनू तुसीं प्ले स्टोर तों अपना बाय कर सकते हो। पहलां मैं तुहानू पेड दसांगा, फिर मैं तुहानू फ्री दसांगा, ते दोनों में मैं तुम्हें डिफरेंस दसांगा की है। सो ए भी सिंपल है, कुछ इन्ना मतलब बंदा कभी कभी देख के डर जाता कि है किमें यूज़ करना। सो ए भी सिंपल है, सैशन इनू ज़्यादा नहीं छेड़ना कुछ भी। यह BPM दिता हुआ है, यह तबला तो यह रागा, जिमें राग असी कि यूज मतलब कि पढ़ रहे हैं असी। सो असी यह देख सकते हैं, तो टैंपो है जिमें द्रुत नॉर्मल रहा है, इस तरह ही रहा है, मध्य लय तो होर स्लो हो जाए। वो असी कहने ब्लैक वन, जिमें सी शार्प होंगे वो होंगे ब्लैक, ते फिर उस तो थले आ जाता वाइट, मतलब जिमें दो स्वर होंगे ने सी शार्प ते डी शार्प, वो दोनों ब्लैक दे विच वाइट होंगे, उवें इत्थे दिता होया ब्लैक वन मतलब सी शार्प ते विच आ गया वाइट, दोनों दे विच वाइट टू मतलब दो दे विच आ गया वाइट। सो इत्थों तुसीं असी मतलब स्वर देख सकते हैं किहड़ा रखना है। सो साइकल लिखा होया है ते ताल रुद्रा कीती हुई है, मैं प्ले ते इहनूं इत्थों प्ले कर सकते हो। इतों ताल चेंज तुसी कर सकते हो कि केड़ी ताल तुसी रखनी है। उन्हें ते लहरा आ गया, मतलब जिमें कि जिहड़े तबला प्लेयर्स ने यह उन्हां वास्ते हैगी है। सो हुण असीं आ जाने उही जिमें स्वर मंडल, जिमें मैं तुहानूं उहदे विच दस्सिया इह स्वर मंडल उदां ही इह जिमें हैमर बनिया होया है, ते तुसी ते उस तों बाद इह दो जिहड़ी चीज़ां बनिया होईयां ने तुसी इत्थे क्लिक करोगे ते वज जाएगा अपने आप, इह आरो वजेगा। जे तुसी अवरो वजाउणा है ते अवरो, तो हैमर क्लिक करोगे तो यह स्वर आ जाते हैं, सो सानू पता नहीं लगता। सो तुसी इत्थे किसी चीज़ नू नहीं छेड़ना, तुसी जे बजाना है तो इतों स्पीड बज जाती है। हुण ते मान लो तुसी यह क्लिक किया, यह स्पीड बज गया, बिल्कुल स्लो कर दोगे। सो असी फस्ट स्ट्रिंग जिहड़ी हैगी है तानपुर असी पा दे विच रखी हुई है, यह भी बिल्कुल सेम ही है। तो ये ज़्यादा कुछ नहीं है, मतलब बेस्ट एप्लीकेशन फॉर पेड जो तुम डाउनलोड करते हो तो तुम्हें ये स्वर मंडल मिलता है। सो यह चीज़ें तुम्हें पता लग गई। सवेरे असी जब भी रियाज करना है सर कोशिश करिए, मैं जिहड़ा पहला लेसन बनाया हुआ तुम जरूर जाके देखियो, वो मैं रियाज के बारे भी दसिया हुआ है कि रियाज किस तरीके नाल करना है, तो होर भी मैं कई सैशनस बनाए ने, तो अगे भी होर नए ट्यूटोरियल सैशनस आ रहे हैं। सो हुण मैं गल करा फ्री एप्लीकेशन की, प्ले स्टोर तो वो एप्लीकेशन डाउनलोड कर सकते हो, एप्लीकेशन नाम योर तानपुरा। यह भी बिल्कुल बेस्ट एप्लीकेशन है, बिल्कुल यदा नॉर्मल इंटरफेस है कि लाइक ईजी है बिल्कुल, कि सानू ज़्यादा कन्फ्यूज ना होना पे। सो ये है कि जिमें जी शार्प स्वर फड़िया हुआ है, तो इतों तुम प्ले कर दो तो बजेगा, इन तुम प्ले कर लो, स्वर चेंज कर लो, इतों स्वर चेंज कर सकते हो, स्टॉप कर सकते। सो बेसिक एप्लीकेशन बिल्कुल वधिया जो तुम फ्री डाउनलोड कर सकते हो, वधिया एप्लीकेशन है डाउनलोड कर लो। बाकी जी मैं तुम्हें स्टार्टिंग दे विच मैं तुम्हें एप्पल दे विच दसी सी जी दूजी एप्लीकेशन जी दसी थी, वो एंड्रॉयड विच भी तुम डाउनलोड कर सकते हो, सेम एप्लीकेशन डाउनलोड हो सकती है। सो यह लेसन कंप्लीट हुंदा है, आई होप कि तुम्हें जी दित्तियां चीज़ां मैं दसियां ने वो समझ आई होणगियां। सो नेक्स्ट मैं टॉपिक किस वास्ते बनावा तुम मैं कमेंट्स बॉक्स दस सकते हो। सबसक्राइब करना ना भुल्यो, क्योंकि जे सबसक्राइब करोगे तो ही तुहाडे कोल मेरी वीडियो पहुँचेगी, अदरवाइज कुछ इदां दी चीज़ां होंदियां ने जो नहीं पहुँच सकदियां। सो सबसक्राइब करके ऑल बिल्कुल बैल बटन ते क्लिक करके ऑल ते क्लिक कर लेना, जिहदे नाल जद भी कोई मैं पहली वीडियो या कोई भी पावां सब तो पहलां तुहाडे कोल पहुँचेगी। सो इन्नी कोई बेनती प्रवान करनी, थैंक्स फॉर वॉचिंग। वाहिगुरू जी का खालसा, वाहिगुरू जी की फतेह।